saw me do my two-step. Welcome to our YouTube channel. Today we will shoot the videos about Mercedes E250 AMG model ਦੀ ਵੀਡੀਓ ਸ਼ੂਟ ਕਰਨ ਜਾ ਰਹੇ ਹਾਂ ਜਿਹੜੀ ਕਿ ਹੰਕ ਆਡੀਓ ਵੱਲੋਂ ਤਿਆਰ ਕੀਤੀ ਗਈ ਹੈ ਜਿਹਦੇ ਵਿੱਚ ਗ੍ਰਿਲਸ ਤਿਆਰ ਕੀਤੇ ਨੇ ਲੋ ਸਸਪੈਂਸ਼ਨ ਤਿਆਰ ਕੀਤੀ ਗਈ ਓਲਾਈਜ਼ ਵੀਲ ਨੇ ਅਤੇ ਕੁਛ ਮਿਊਜ਼ਿਕ ਸਿਸਟਮ ਦਾ ਕੰਮ ਕੀਤਾ ਹੋਇਆ ਅਤੇ ਗੱਲ ਕਰਾਂਗੇ ਜਿਨ੍ਹਾਂ ਨੇ ਗੱਡੀ ਪੂਰੀ ਰੈਡੀ ਕੀਤੀ ਹੈ ਮਿਸਟਰ ਰਜਤ ਨਾਲ ਹੈਲੋ ਸਰ ਹੈਲੋ ਭਾਈ ਕੀ ਹਾਲ ਹੈ ਸਰ ਤੁਸੀਂ ਮਰਸਡੀਜ਼ E250 ਰੈਡੀ ਕੀਤੀ ਹੈ ਕੀ ਕੀ ਵਰਕ ਕਰਵਾ ਰੱਖਿਆ ਇਹਦੇ ਵਿੱਚ ਮੋਡੀਫਿਕੇਸ਼ਨ ਦਾ ਤੁਸੀਂ ਦੱਸੋ ਭਾਈ ਇਹਦੀ ਜਿਹੜੀ ਕਸਟਮ ਗ੍ਰਿਲ ਆ ਤੁਸੀਂ ਦੇਖ ਸਕਦੇ ਹੋ ਕਸਟਮ ਗ੍ਰਿਲ ਦੇ ਉੱਤੇ ਓਵਰਲੁੱਕ ਦਵਾਂਗੇ ਬਾਕੀ ਡਿਟੇਲ ਹੈ ਪੇਪਰ ਰੈਪ ਕੀਤਾ ਹੋਇਆ ਇਹਦੇ ਉੱਤੇ ਓਕੇ ਤੇ 17 ਇੰਚ ਦੇ ਵਿੱਚ ਅਲੋਏ ਨੇ 17 ਇੰਚ ਵੀਲ ਪਾਏ ਹੋਏ ਨੇ AMG ਮਾਡਲ ਆ ਮਰਸਡੀਜ਼ E250 ਜਿੱਦਾਂ ਕਿ ਮੈਂ ਤੁਹਾਨੂੰ ਦੱਸ ਚੁੱਕੇ ਹਾਂ ਤੇ ਬਾਕੀ 1x1 ਕਰਕੇ ਸਸਪੈਂਸ਼ਨ ਹੋਈ ਹੈ ਇਹਦੀ ਓਕੇ ਲੋ ਸਸਪੈਂਸ਼ਨ ਹੋਈ ਹੋਈ ਆ ਤੇ ਹੋਰ ਅੰਡਰਵਰਕ ਕੀ ਕਰਵਾ ਰੱਖਿਆ ਬਾਰ ਕੇ ਤੇ JL ਆਡੀਓ ਦੇ ਸਪੀਕਰ ਲੱਗੇ ਹੋਏ ਨੇ ਠੀਕ ਹੈ ਜੀ ਤੇ ਪਿੱਛੇ ਲਿਫਟ ਸਪੋਇਲਰ ਲੱਗਾ ਹੋਇਆ ਪਿੱਛੇ ਲਿਫਟ ਸਪੋਇਲਰ ਲੱਗਿਆ ਹੋਇਆ ਉਹਦੀ ਵੀ ਤੁਹਾਨੂੰ ਇੱਕ ਓਵਰਲੁੱਕ ਦਿੰਨੇ ਆ ਤੇ AMG ਓਲਾਈਜ਼ ਦੇ ਜਿਹੜੇ ਦੇਖੋ 17 ਇੰਚਸ ਪਏ ਹੋਏ ਨੇ 244 ਤੇ ਸਪੋਇਲਰ ਬੈਕਲਾਈਟ ਸਪੋਇਲਰ ਬੈਕਲਾਈਟ ਸੀ ਕੀ ਵਾ ਕੀਤਾ ਰੈੱਡ ਪੇਪਰ ਲਗਾਇਆ ਹੋਇਆ ਦੇ ਉੱਤੇ ਰੈੱਡ ਪੇਪਰ ਮਤਲਬ ਕਿ ਤੁਸੀਂ ਉਹਨੂੰ ਰੈਪ ਕੀਤਾ ਹੋਇਆ ਲਾਈਟਸ ਨੂੰ ਹਨਾ ਓਕੇ ਤੁਸੀਂ ਦੇਖ ਸਕਦੇ ਹੋ ਬੈਕ ਲਾਈਟ ਤੇ ਇਹਨਾਂ ਨੇ ਸਪੋਇਲਰ ਵੀ ਲਗਵਾ ਰੱਖਿਆ ਵਾ ਸਪੋਇਲਰ ਦੇ ਨਾਲ ਥੋੜੀ ਜੀ ਸਰ ਸਪੋਇਲਰ ਦੀ ਲਾਈਟ ਕਿੱਦਾਂ ਮਤਲਬ ਕਿ ਰੈੱਡ ਆਉਂਦੀ ਹੈ ਵਾਈਟ ਆਉਂਦੀ ਜੇ ਕਿਸ ਚੀਜ਼ ਕਿ ਕਿਸ ਟਾਈਪ ਦੀ ਲਾਈਟ ਆ ਦੇ ਵਿੱਚ ਵਿਦਆਊਟ ਲਾਈਟਸ ਆ ਉਹਦੇ ਅੰਦਰ ਉਹਦਾ ਸੀ ਪਿੱਛੇ ਸਟ੍ਰਿਪ ਲਾਈਟ ਲੱਗੀ ਹੋਈ ਹੈ ਇਹਦੇ ਓਕੇ ਸਟ੍ਰਿਪ ਲਾਈਟ ਵੀ ਲੱਗੀ ਹੋ ਤੁਸੀਂ ਦੇਖ ਸਕਦੇ ਹੋ ਅੰਡਰ ਤੇ ਜਿੱਦਾਂ ਕਿ ਦੇਖਦੇ ਆ ਪੂਰੀ ਜੈਟ ਬਲੈਕ ਆ ਸਾਰੇ ਫਿਲਮਿੰਗ ਵਗੈਰਾ ਮਤਲਬ ਕਿ ਕੰਪਨੀ ਵੱਲੋਂ ਆ ਜਾਂ ਤੁਸੀਂ ਆਪਣੇ ਆਪ ਬਾਅਦ ਵਿੱਚ ਕੀਤੀ ਆ ਐਕਸਟਰਾ ਮੋਡੀਫਿਕੇਸ਼ਨ ਦੇ ਵਿੱਚ ਕਸਟਮਰ ਨੇ ਖੁਦ ਕਰਾਈ ਹੋਈ ਆ ਔਰ ਇਹ ਅਲਾਊਡ ਨਹੀਂ ਹੈਗੀ ਓਕੇ ਓਕੇ ਸੋ ਜਿੱਦਾਂ ਕਿ ਇਹਨਾਂ ਨੇ ਸ਼ੂਟ ਦੇ ਕਰਨੀ ਫਿਲਮਿੰਗ ਕੀਤੀ ਹੋਈ ਆ ਉਦਾਂ ਕੋਈ ਇਹਦਾ ਹੈ ਨਹੀਂਗਾ ਓਕੇ ਓਕੇ ਮਤਲਬ ਕਿ ਜਿੱਦਾਂ ਕਿ ਇਹਨਾਂ ਨੇ ਦੱਸਿਆ ਕਿ ਇਹ ਅਲਾਉ ਨਹੀਂ ਹੈਗੀ ਫਿਲਮ ਜੋ ਹੋਈ ਹੋਈ ਆ ਗੱਡੀ ਦੇ ਵਿੱਚ ਵਰਕ ਹੋਇਆ ਹੋਇਆ ਹੈ ਅਲਾਉ ਨਹੀਂ ਹੈਗੀ ਤੇ ਨੈਕਸਟ ਟਾਈਮ ਆਪਾਂ ਤੁਹਾਡੀਆਂ ਲਾਈਟਾਂ ਦੇਖਦੇ ਆਂ ਕਿ ਲਾਈਟਾਂ ਚੱਲਦੀਆਂ ਦੇਖਦੇ ਇੱਕ ਓਵਰਲੁੱਕ ਲਵਾਂਗੇ ਜ਼ਰੂਰ ਲਾਈਟਸ ਦੀ ਲਾਈਟਾਂ ਆਨ ਨੇ ਤੁਸੀਂ ਦੇਖ ਸਕਦੇ ਹੋ ਜੋ ਮਿਰਰ ਤੇ ਲਾਈਟਸ ਲੱਗੀਆਂ ਹੋਈਆਂ ਨੇ ਉਹ ਵੀ ਦੇਖ ਸਕਦੇ ਹੋ ਰੈੱਡ ਕਲਰ ਦੀ ਲਾਈਟਸ ਓਵਰਲੁੱਕ ਬਹੁਤ ਜ਼ਿਆਦਾ ਵਧੀਆ ਆ ਰਹੀ ਆ ਨਾਈਟ ਦੇ ਵਿੱਚ ਬਹੁਤ ਜ਼ਿਆਦਾ ਤੇ ਹੋਰ ਗੱਲ ਕਰਾਂਗੇ ਅਨਦਰ ਮੋਡੀਫਿਕੇਸ਼ਨ ਕਿ ਮੋਡੀਫਿਕੇਸ਼ਨ ਦੇ ਵਿੱਚ ਹੋਰ ਕੀ ਕਰਵਾ ਰੱਖਿਆ ਇਹਨਾਂ ਨੇ ਅਤੇ ਕੀ ਕਿਸ ਕੰਪਨੀ ਦਾ ਅਤੇ ਨਾਲ ਦੀ ਨਾਲ ਕੋਸਟ ਵੀ ਪਤਾ ਕਰਾਂਗੇ ਕਿ ਕੀ ਕੋਸਟ ਰੱਖੀ ਇਹਨਾਂ ਨੇ ਹਾਂਜੀ ਵੀਰੇ ਹੋਰ ਦੱਸੋ ਇਹਦੇ ਵਿੱਚ ਕੀ ਮੋਡੀਫਿਕੇਸ਼ਨ ਕਰਵਾ ਰੱਖੀਆਂ ਨੇ ਸਾਡੇ ਕਸਟਮਰਸ ਨੂੰ ਆਪਣਾ ਐਡਰੈਸ ਵੀ ਨਾਲ ਚੱਲਦੇ ਦੱਸ ਦਿਓ ਵੀਵਰਸ ਨੂੰ ਕਿ ਤੁਹਾਡੀ ਸ਼ੌਪ ਕਿੱਥੇ ਕਰਕੇ ਪੈ ਜਾਂਦੀ ਹੈ ਅਤੇ ਤੁਸੀਂ ਕਿਸ ਚੀਜ਼ ਦਾ ਕੰਮ ਕਰਦੇ ਹੋ ਮਾਡਲ ਟਾਊਨ BSNL ਐਕਸਚੇਂਜ ਦੇ ਓਪੋਜ਼ਿਟ ਹੰਕ ਆਡੀਓ ਫਗਵਾੜਾ ਨਾਮ ਤੋਂ ਅਤੇ ਆਪਣਾ ਮੋਬਾਈਲ ਨੰਬਰ ਵੀ ਇੱਕ ਵਾਰ ਚੱਲਦੇ ਚੱਲਦੇ ਮੈਂਸ਼ਨ ਕਰ 9141 00036 ਜਿੱਦਾਂ ਕਿ ਬ੍ਰਦਰ ਨੇ ਆਪਣਾ ਐਡਰੈਸ ਵੀ ਦੱਸਿਆ ਆਪਣੀ ਸ਼ੌਪ ਦਾ ਇਹਨਾਂ ਦਾ ਮੋਸਟਲੀ ਤੁਹਾਡਾ ਸਰ ਕੰਮ ਕੀ ਹੈ ਕਾਰ ਅਸੈਸਰੀ ਦਾ ਜਾਂ ਕਿੱਦਾਂ ਮੋਡੀਫਿਕੇਸ਼ਨ ਸਿਸਟਮ ਦਾ ਬਈ ਜ਼ਿਆਦਾ ਸਾਡਾ ਇਹਨਾਂ ਦਾ ਆਡੀਓ ਸਿਸਟਮ ਦਾ ਕੰਮ ਆ ਜਿੱਦਾਂ ਕਿ ਇਹਨਾਂ ਨੇ ਦੱਸਿਆ ਕਿ ਆਡੀਓ ਸਿਸਟਮ ਦੇ ਸਾਰੀ ਗੱਡੀਆਂ ਤਿਆਰ ਕਰਦੇ ਨੇ ਮੋਸਟਲੀ ਬਹੁਤ ਵਧੀਆ ਸਿਸਟਮ ਆ ਆਪਾਂ ਚਲਾ ਕੇ ਵੀ ਦੇਖਾਂਗੇ NCS ਦਾ ਮਿਊਜ਼ਿਕ ਵੀ ਲਗਾ ਕੇ ਦੇਖਾਂਗੇ ਤੇ ਅਨਦਰ ਗੱਲ ਕਰਦੇ ਸਰ ਹੋਰ ਕੀ ਇਹਦੇ ਵਿੱਚ ਕਰਵਾ ਕੇ ਰੱਖਿਆ ਤੁਸੀਂ ਸਰ ਪੂਰੀ ਕਾਰ ਸਾਊਂਡ ਪ੍ਰੂਫ ਕੀਤੀ ਹੋਈ ਹੈ ਮਤਲਬ ਡੈਂਪਿੰਗ ਕੀਤੀ ਕਿਹੜੀ ਕੰਪਨੀ ਡੈਂਪਿੰਗ ਯੂਜ਼ ਕੀਤੀ ਸਰ ਤੁਸੀਂ ਇਹਨੂੰ ਸਰ ਉਹਦੀ ਕੀਤੀ ਹੋਈ ਆਪਾਂ ਬਲੂ ਪੰਕ ਦੀ ਇਹਨੂੰ ਡੈਂਪਿੰਗ ਹੋਈ ਹੋਈ ਹੈ ਅਤੇ ਡੈਂਪਿੰਗ ਦੀ ਸ਼ੀਟ ਕੀ ਕੋਸਟ ਕਰ ਜਾਂਦੀ ਆ ਸਰ ਸਟਾਰਟਿੰਗ 300 ਰੁਪਏ ਤੋਂ ਹੋ ਜਾਂਦੀ 800 ਤੱਕ ਵੀ ਆਉਂਦੀ 1200 ਦੀ ਵੀ ਆਉਂਦੀ ਅਲੱਗ ਅਲੱਗ ਮਤਲਬ ਕਿ ਐਸ ਟੂ ਕਸਟਮਰ ਮੂਡ ਕਿ ਉਹਨਾਂ ਨੇ ਕਿੰਨੇ ਪੈਸੇ ਸਪੈਂਡ ਕਰਨੇ ਅਤੇ ਕੀ ਉਹਨਾਂ ਨੇ ਲੈਣਾ ਹਨਾ ਓਕੇ ਸਰ ਜਿਹੜਾ ਤੁਸੀਂ ਸਾਊਂਡ ਪ੍ਰੂਫ ਲਾਇਆ ਉਹਦਾ ਫਾਇਦਾ ਕੀ ਆ ਸਰ ਬਾਹਰਲੀ ਨੋਇਸ ਨਹੀਂ ਆਉਂਦੀ ਕਾਰ ਦੇ ਅੰਦਰ ਵਾਈਬ੍ਰੇਸ਼ਨ ਨਹੀਂ ਹੁੰਦੀ ਕਾਰ ਦੇ ਅੰਦਰ ਕੋਈ ਵੀ ਠੀਕ ਹੈ ਅਤੇ ਸਾਊਂਡ ਕੁਆਲਿਟੀ ਵੀ ਅੱਛੀ ਹੋ ਜਾਂਦੀ ਹੈ ਇਹਦੀ ਸਾਰੀ ਵਿੰਡ ਕੁਆਲਿਟੀ ਵੀ ਅੱਛੀ ਹੋ ਜਾਂਦੀ ਹੈ ਸਾਰੀ ਜਿੱਦਾਂ ਤੁਸੀਂ ਚੈੱਕ ਕਰ ਸਕਦੇ ਹੋ ਕਿ ਡੋਰਸ ਦੇ ਵਿੱਚ ਜਾਂ ਜਿੱਦਾਂ ਚੈੱਕ ਕਰ ਸਕਦੇ ਹੋ ਕਿ ਡੋਰ ਕਾਫੀ ਹੈਵੀ ਨੇ ਜਿੱਦਾਂ ਕਿ ਇਹਨਾਂ ਨੇ ਬੈਟਲੀ ਤਰੀਕੇ ਨਾਲ ਦੱਸਿਆ ਕਿ ਜਿਹੜੀ ਆਊਟਡੋਰ ਨੋਇਜ਼ਿੰਗ ਆ ਉਹ ਬਿਲਕੁਲ ਵੀ ਨਹੀਂ ਆਉਂਦੀ ਜਦੋਂ ਡੈਂਪਿੰਗ ਕਰਦੇ ਹਾਂ ਬਲੋ ਪੰਕ ਦੀ ਡੈਂਪਿੰਗ ਕਰਵਾ ਰੱਖੀ ਆ 300 ਤੋਂ ਲੈ ਕੇ 1200 ਤੱਕ ਆ ਡਿਪੈਂਡ ਔਨ ਕਸਟਮਰ ਕਿ ਉਹ ਕੀ ਚੂਜ਼ ਕਰਦਾ ਕੀ ਲਾਉਂਦਾ ਆ ਅਤੇ ਅੰਦਰ ਸਰ ਤੁਸੀਂ ਕਿਸ ਚੀਜ਼ ਦੇ ਕੰਪੋਨੈਂਟ ਵਾਰੀਆਂ ਦੇ ਵਿੱਚ ਕਿਹੜੇ ਲਾਏ ਹੋਏ ਨੇ JL ਆਡੀਓ ਦੇ ਸਰ JL ਆਡੀਓ ਦੇ ਕੰਪੋਨੈਂਟ ਲਾਏ ਹੋਏ ਨੇ ਅਤੇ ਕੀ ਕੋਸਟ ਹੁੰਦੀ ਆ ਸਰ ਉਹਨਾਂ ਦੀ ਸਰ ਉਹ 23,000 ਦਾ ਇੱਕ ਪੇਅਰ ਆ 23,000 ਦਾ ਇੱਕ ਪੇਅਰ ਅਤੇ ਇਸ ਗੱਡੀ 'ਚ ਟੋਟਲ ਕਿੰਨੇ ਪੇਅਰ ਲੱਗੇ ਹੋਏ ਦੋ ਪੇਅਰ ਲੱਗੇ ਹੋਏ ਦੋ ਪੇਅਰ ਲੱਗੇ ਹੋਏ ਨੇ ਮਤਲਬ ਕਿ 46 ਦੇ ਇਕੱਲੇ ਕੰਪੋਨੈਂਟ ਸਰ ਕੰਪੋਨੈਂਟ ਐਂਪ ਤੇ ਰਨਿੰਗ ਨੇ ਜਾਂ ਸਿੱਧੇ ਡਾਇਰੈਕਟਲੀ ਸਟੀਰੀਓ ਤੇ ਨੇ ਹੈਡ ਯੂਨਿਟ ਕੰਪਨੀ ਵਾਲੇ ਤੇ ਆ ਹੈਡ ਯੂਨਿਟ ਤੇ ਸਰ ਕੰਪੋਨੈਂਟ ਦੇ ਨਾਲ ਕੋਈ ਐਂਪਲੀਫਾਇਰ ਦੀ ਨੀਡ ਨਹੀਂ ਹੁੰਦੀ ਹੈਗੀ ਨਹੀਂ ਸਰ ਮਰਸਡੀਜ਼ ਦੇ ਵਿੱਚ ਨਹੀਂ ਨੀਡ ਆਉਂਦੀ ਮਰਸਡੀਜ਼ ਦੇ ਵਿੱਚ ਇਹਨਾਂ ਦਾ ਕਹਿਣਾ ਹੈ ਕਿ ਨੀਡ ਨਹੀਂ ਹੁੰਦੀ ਤੁਹਾਨੂੰ ਅਸੀਂ NCS ਦਾ ਮਿਊਜ਼ਿਕ ਲਗਵਾ ਕੇ ਵੀ ਦਿਖਾਵਾਂਗੇ ਇਸ ਤੋਂ ਬਿਨਾਂ ਸਰ ਤੁਸੀਂ ਕੋਈ ਹੋਰ ਵਰਕ ਕਰਵਾ ਕੇ ਰੱਖਿਆ ਇਸ ਗੱਡੀ ਦੇ ਵਿੱਚ ਕੀਤਾ ਹੈ ਕੁਝ ਨਹੀਂ ਸਰ ਇਹਦੇ ਵਿੱਚ ਹੋਰ ਕੁਝ ਵੀ ਨਹੀਂ ਕੀਤਾ ਜਿੱਦਾਂ ਤੁਸੀਂ ਦੇਖ ਸਕਦੇ ਹੋ ਕਿ ਬੈਟਰੀ ਡਿਟੇਲ ਆ ਜ਼ਿਆਦਾ ਅਸੀਂ ਮੋਸਟਲੀ JL ਆਡੀਓ ਤੁਹਾਨੂੰ NCS ਦੇ ਮਿਊਜ਼ਿਕ ਤੇ ਲਾ ਕੇ ਸੁਣਾਵਾਂਗੇ ਕਿ JL
JL ਦੇ ਵਿੱਚ ਵੀ JL ਆਡੀ ਦੀ ਕਿੱਦਾਂ ਦੀ ਆਵਾਜ਼ ਆ ਜਾਂ ਕਿੱਦਾਂ ਦੀ ਆ ਆਪਾਂ ਤੁਹਾਨੂੰ ਮਿਊਜ਼ਿਕ ਲਾ ਕੇ ਸੁਣਨੇ ਆ ਜੇ ਪੰਜਾਬੀ ਵਰਜ਼ਨ ਸੁਣਨਾ ਚਾਹੁੰਦੇ ਹੋ ਸਾਡੇ ਇੰਸਟਾਗ੍ਰਾਮ ਚੈਨਲ ਪੇਜ ਨੂੰ ਜ਼ਰੂਰ ਫੋਲੋ ਕਰੋ ਮਾਨ ਅੰਡਰਸਕੋਰ ਕ੍ਰੀਏਟਰਸ ਦੇ ਨਾਮ 'ਤੇ ਆ ਥੈਂਕ ਯੂ Thank you.